ਇਹ ਹੈ ਨਾਭਾ ਦਾ ਪਿੰਡ ਦੁਲੱਦੀ, ਜਿੱਥੇ ਦਿਨੇ ਵੀ ਸਨਾਟਾ ਛਾਇਆ ਹੋਇਆ। ਇਹ ਚੁੱਪ ਜਾ ਖਾਮੋਸ਼ੀ ਕੋਰੋਨਾ ਵਾਇਰਸ ਦੇ ਡਰ ਤੋਂ ਨਹੀਂ, ਸਗੋਂ ਲੋਕ ਸ਼ਰਮ ਦੇ ਮਾਰੇ ਇੱਕ ਦੂਜੇ ਨਾਲ ਮਿਲ ਵੀ ਨਹੀਂ ਰਹੇ। ਕਾਰਨ ਹੈ ਆਹ ਦੋ ਔਰਤਾਂ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਭਲਾ ਇਹਨਾਂ ਪ੍ਰਵਾਸੀ ਔਰਤਾਂ ਕਰਕੇ ਪਿੰਡ 'ਚ ਲੋਕ ਇੱਕ ਦੂਜੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਕਿਉਂ ਨਹੀਂ ਰਹੇ? ਆਖਿਰ ਅਜਿਹੀ ਗੱਲ ਹੋ ਕੀ ਗਈ? ਅਸਲ 'ਚ ਦੋ ਸ਼ਾਤਿਰ ਔਰਤਾਂ ਪਿਛਲੇ ਇੱਕ ਹਫ਼ਤੇ ਤੋਂ ਪਿੰਡ 'ਚ ਲੋਕਾਂ ਦੇ ਘਰਾਂ 'ਚ ਆ ਜਾ ਰਹੀਆਂ ਸਨ। ਇਸੇ ਦੌਰਾਨ ਉਹ ਭੋਲੇ ਭਾਲੇ ਲੋਕਾਂ ਨੂੰ ਪਹਿਲਾਂ ਭਾਂਡਿਆਂ ਬਦਲੇ ਕੰਪਨੀ ਦਾ ਛਾਪਾ ਲਗਵਾ ਕੇ ਨਵੇਂ ਭਾਂਡੇ ਅਤੇ ਪੈਸੇ, ਸੂਟਾਂ ਬਦਲੇ ਮਹਿੰਗੇ ਸੂਟ ਅਤੇ ਚਾਂਦੀ ਬਦਲੇ ਮੋਟੇ ਪੈਸੇ ਇੱਕ ਹਫ਼ਤਾ ਲੈਂਦੀਆਂ ਦਿੰਦੀਆਂ ਰਹੀਆਂ। ਜਦੋਂ ਪੂਰੇ ਪਿੰਡ ਦੀਆਂ ਔਰਤਾਂ ਦਾ ਭਰੋਸਾ ਇਹਨਾਂ ਦੋਵਾਂ 'ਤੇ ਬਣ ਗਿਆ ਤਾਂ ਭਾਂਡਿਆਂ ਤੋਂ ਬਾਅਦ ਇਹ ਸੋਨੇ ਦੀਆਂ ਵਾਲੀਆਂ ਅਤੇ ਹੋਰ ਜੇਵਰਾਂ 'ਤੇ ਛਾਪਾ ਲਗਵਾ ਕੇ ਪੈਸੇ ਦੇਣ ਦੀਆਂ ਗੱਲਾਂ 'ਤੇ ਆ ਗਈਆਂ ਅਤੇ ਪਿੰਡ ਦੀਆਂ ਅਮੀਰ ਤਰੀਨ ਜਨਾਨੀਆਂ ਵੀ ਇਹਨਾਂ ਦੀਆਂ ਗੱਲਾਂ 'ਚ ਆ ਗਈਆਂ ਅਤੇ ਇਹ ਦੋਵੇਂ ਜਨਾਨੀਆਂ ਪਿੰਡ 'ਚੋਂ 70 ਤੋਲੇ ਸੋਨਾ ਭਾਵ 35 ਲੱਖ ਰੁਪਏ ਦੀ ਠੱਗੀ ਮਾਰ ਗਈਆਂ। ਪਰ ਆਪਣੀ ਬੇਇੱਜ਼ਤੀ ਹੁੰਦੀ ਦੇਖ ਲਾਲਚੀ ਚਿਹਰੇ ਨੂੰ ਛੁਪਾਉਣ ਲਈ ਵੱਡੇ ਘਰਾਂ ਦੀਆਂ ਔਰਤਾਂ ਕੈਮਰੇ ਅੱਗੇ ਆਈਆਂ ਹੀ ਨਹੀਂ। ਕਿਰਨ ਪਾਂਡੇ ਜੀ ਇਹਨਾਂ ਤੋਂ ਲੈ ਜਾਂਦੇ, ਇਹਨਾਂ ਕੋਲ ਦੇ ਕੇ ਜਾਂਦੀਆਂ ਸੀ, ਮੈਂ ਤਾਂ ਆਉਂਦੀ ਨਹੀਂ ਸੀ ਇਹਦੇ ਲਵੇ। ਲਾਸਟ ਦਿਨ ਇਹ ਕਹਿੰਦੇ ਆ ਤੁਹਾਨੂੰ 5000 ਰੁਪਏ ਦੇ ਦੇਣਗੇ ਵੀ ਆਪਣੀਆਂ ਵਾਲੀਆਂ ਦੇ ਦਿਓ। ਮੈਂ ਦਿੰਦੀ ਨਹੀਂ ਸੀ, ਇਹਨਾਂ ਨੇ ਕਿਹਾ ਤੂੰ ਚਲ ਮੈਂ ਇੰਨਾ ਕਿਹਾ ਨਹੀਂ ਦਿੱਤੇ, ਤੂੰ ਵੀ ਦੇ ਦੇ। ਇਹ 2-3 ਦਿਨ ਪੈਸੇ ਲੈਂਦੀਆਂ ਨਹੀਂ, ਮੈਂ ਕੋਈ ਪੈਸਾ ਨਹੀਂ ਦਿੱਤਾ। ਉਸ ਤੋਂ ਬਾਅਦ ਲਾਸਟ ਦਿਨ ਮੈਂ 2-3 ਦਿਨੇ ਜੋੜੇ ਲਾ ਕੇ ਦਿੱਤੇ। ਹਾਂਜੀ, ਕੁਛ ਮੇਰੇ ਭਾਂਡੇ ਸੀਗੇ ਉਹ ਵੀ ਮੈਨੇ ਦਿੱਤੇ। ਸਾਡੇ ਘਰ 'ਚੋਂ 1.5-2 ਲੱਖ ਦਾ ਸਮਾਨ ਲੈ ਗਏ। ਮੈਂ ਇਹਨਾਂ ਨੂੰ ਕਿਹਾ ਸੀ ਜੀ, ਜਿੱਦਣੋਂ ਪਹਿਲੇ ਦਿਨ ਆਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਜਨਾਨੀ ਇੱਦਾਂ ਦੀ, ਇਹਨੂੰ ਨਾ ਬਿਠਾਇਆ ਕਰੋ ਤੁਸੀਂ। ਇਹ ਮੈਨੂੰ ਕਹਿੰਦੀ ਆ ਭਰੋਸਾ ਕਰਨਾ ਚਾਹੀਦਾ ਕਿਸੇ 'ਤੇ ਕਿ ਤੂੰ ਇੱਦਾਂ ਨਾ ਕਰਿਆ ਕਰ। 4-5 ਦਿਨ ਮੈਂ ਲਵੇ ਨਹੀਂ ਲੱਗੀ ਉਹਨਾਂ ਦੇ, ਇਹ ਹੀ ਲੱਗਦੀਆਂ ਰਹੀਆਂ, ਇਹ ਭਾਂਡੇ ਭੁੰਡੇ ਲੈਂਦੀਆਂ ਰਹੀ, ਮੈਂ ਨਹੀਂ ਲੈਂਦੀ ਜੀ। ਲਾਸਟ ਹਾਲ ਦਿਨ ਇਹ ਧੱਕੇ ਨਾਲ ਮੈਨੂੰ ਕਹਿੰਦੇ ਮੈਂ ਇੰਨੇ ਕਹਿਣੇ ਦਿੱਤੇ ਨੂੰ ਤੂੰ ਵੀ ਦੇ ਦੇ। ਮੈਂ ਕਿਹਾ ਚੱਲ ਇਹਨੂੰ 2-3 ਵਾਰ ਪੈਸੇ ਦੇ ਗਈ, ਮੈਂ ਵੀ ਦੇ ਦੀਆਂ ਲਾਲਚ ਨਾਲ। ਮੈਂ ਚੱਲ 5000 ਰੁਪਏ ਦੇ ਜਾਣਗੇ, ਮੈਂ ਵੀ ਦੇ ਦੀਆਂ ਇਹਨੂੰ। ਮੈਨੂੰ ਇਹ ਪਤਾ ਨਹੀਂ, ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਉਹ ਲੈ ਗਈ ਹੁਣ ਵਾਪਸ ਨਹੀਂ ਆਉਂਦੀ। ਮੈਂ ਵੀ ਗੱਲ ਕਹੀ ਜਦੋਂ ਗਈਏ ਉਰੇ ਬੈਠੀ ਸੀਗੀ, ਮੈਂ ਕਿਹਾ ਲੈ ਕੇ ਕਹਿਣੀ ਜਾ ਰਹੀ ਹੁਣ ਇਹਨੇ ਵਾਪਸ ਨਹੀਂ ਆਉਣਾ। ਇਹ ਕਹਿੰਦੀ ਨਹੀਂ ਮੈਨੂੰ ਯਕੀਨ ਹੈ। ਮੈਂ ਕਿਹਾ ਚੱਲ ਯਕੀਨ ਦੇ ਦੇ। ਮੈਂ ਲਾ ਕੇ 2-3 ਦਿਨੇ ਜੋੜੇ ਦਿੱਤੇ। ਉਹ ਧੋਖਾ ਜੀ, ਪਹਿਲੇ ਦਿਨ ਜਿੱਦਣ ਆਈ ਸੀ 4-5 ਭਾਂਡੇ ਸੀ ਉਹਦੀ ਝੋਲੀ 'ਚ। ਅਸੀਂ ਉੱਧਰੋਂ ਉੱਠ ਕੇ ਆਈਆਂ, ਅਸੀਂ ਕਿਹਾ ਵੀ ਚੱਲ ਭਾਂਡੇ ਦੇਖ ਲੈਂਦੇ ਹਾਂ। ਅਸੀਂ ਕਿਹਾ ਮੁੱਲ ਦੇ ਦਿਓ ਜੀ, ਕਹਿੰਦੇ ਮੁੱਲ ਨਹੀਂ ਦੇਣਾ ਹੈਗਾ ਅਤੇ ਵੀ ਅਸੀਂ ਤੁਸੀਂ ਪੁਰਾਣੇ ਭਾਂਡੇ ਦੇ ਦਿਓ, ਨਵੇਂ ਲਿਆ ਦਾਂਗੇ ਅਸੀਂ। ਚੱਲ ਅਸੀਂ ਪੁਰਾਣੇ ਭਾਂਡੇ ਦੇ ਦੇ, ਦੂਏ ਦਿਨ ਸਾਨੂੰ ਭਾਂਡੇ ਨਵੇਂ ਲਿਆ ਤੇ ਤੀਏ ਦਿਨ ਫਿਰ ਆ, ਦੂਏ ਦਿਨ ਫਿਰ ਆ ਗਈ। ਫਿਰ ਅਸੀਂ ਥੋੜ੍ਹੇ ਜਿਹੇ ਭਾਂਡੇ ਦੇ ਤੇ ਫਿਰ ਸਾਨੂੰ ਭਾਂਡੇ ਵਾਪਸ ਕਰ ਗਈ। ਸਾਤੋਂ 20-20 ਰੁਪਏ ਲੈ ਗਈ, ਕਹਿੰਦੇ ਸਾਨੂੰ 100 ਰੁਪਇਆ ਵੀ 100-200 ਰੁਪਇਆ ਭਾਂਡਿਆ ਮਗਰ ਬਣ ਜਾਂਦਾ ਹੈ। ਤੀਏ ਦਿਨ ਫਿਰ ਆ ਗਈ ਜੀ। ਚੱਲ ਅਸੀਂ ਸਾਰੇ ਜਿੰਨੇ ਬਰਤਨ ਸੀ, ਕੜਾਹੀ ਪਤੀਲੇ ਜਿੰਨਾ ਵੀ ਬਰਤਨ ਸੀ ਘਰ ਦੇ ਵਿੱਚ ਉਹ ਦੇ ਤਾ। ਇੱਕ ਚਾਂਦੀ ਦੀ ਪੈਲ ਸੀ, ਇੱਕ ਉਹ ਚੈਨ ਸੀ, ਇੱਕ 6 ਗੂੰਠੀ ਸੀ, ਉਹ ਲੈ ਗਈ ਵੀ ਸ਼ਾਮ ਨੂੰ 4 ਵਜੇ ਤੁਹਾਨੂੰ ਨਾਲੇ ਪੈਸੇ ਵੀ ਲਿਆ ਦੂੰਗੀ, ਨਾਲੇ ਇਹ ਵਾਪਸ ਕਰ ਦੂੰਗੀ। ਸੋਨਾ ਵੀ ਲੈ ਗਈ? ਨਹੀਂ, ਸਾਡਾ ਸੋਨਾ ਨਹੀਂ ਹੈ ਜੀ। ਕੱਪੜੇ ਨੇ 5-7 ਸੂਟ ਨੇ ਮਹਿੰਗੇ ਸਾਡੇ। ਹਾਂ, ਉਹ ਸੂਟ ਲੈ ਗਈ ਵੀ ਛਾਪਾ ਛਾਪਣਾ ਹੈ, ਛਾਪਾ ਛਾਪ ਕੇ ਅਸੀਂ ਤੁਹਾਨੂੰ ਵਾਪਸ 4 ਵਜੇ ਕਰ ਦਾਂਗੇ, ਸਾਨੂੰ ਕੰਪਨੀ ਵੱਲੋਂ ਨਾਮ ਮਿਲਦਾ। ਰਾਣੀ ਜੀ ਪਹਿਲਾਂ ਤਾਂ ਸਾਡੇ ਕੋਲੋਂ ਲੈ ਗਈ ਝਾਂਜਰਾਂ ਜੀ, ਭਾਂਡੇ ਦੇ ਗਈ ਸਾਨੂੰ। ਬਾਅਦ 'ਚ ਆਈ ਫਿਰ ਭਾਂਡੇ ਦੇ ਗਈ ਸਾਨੂੰ, ਝਾਂਜਰਾਂ ਵੀ ਦੇ ਗਈ। ਬਾਅਦ 'ਚ ਸੋਨੇ ਦੀਆਂ ਲੈ ਗਈ ਸਾਡੇ। ਹਾਂਜੀ, 1000 ਰੁਪਇਆ ਦੇ ਗਈ ਸੀ, ਦੂਏ ਦਿਨ ਵਾਪਸ ਕਰ ਜਾਂਦੀ। ਸੋਨਾ ਕਹਿੰਦੇ ਸਾਨੂੰ ਪੈਸੇ ਲਿਆ ਦਾਂਗੇ ਸਰ, 4 ਵਜੇ ਲਿਆ ਦਾਂਗੇ। ਸਾਨੂੰ ਕਹਿੰਦੇ 10000 ਰੁਪਇਆ ਲਿਆ ਦਾਂਗੇ। ਹਾਂਜੀ, ਸਾਡੇ ਕੋਲ ਹਫ਼ਤਾ ਆਉਂਦੀ ਰਹੀ। ਨਹੀਂ ਜੀ, ਸਾਨੂੰ ਮੁੰਡੇ ਦੇ ਉਹਦੇ ਬੱਚਾ ਸੀਗਾ ਗੋਦੀ 'ਚ, ਉਹਦੀ ਕਸਮ ਖਾਂਦੇ ਰਹੀ ਵੀ ਕਹਿੰਦੇ ਅਸੀਂ ਤੁਹਾਨੂੰ 4 ਵਜੇ ਦੇ ਜਾਂਗੇ, ਸ਼ਾਮ ਸਵੇਰੇ ਲੈ ਕੇ ਗਏ, ਕਹਿੰਦੇ 4 ਵਜੇ ਦੇ ਜਾਂਗੇ। ਨਹੀਂ ਜੀ, ਸਾਨੂੰ ਯਕੀਨ ਭਰੋਸਾ ਹੀ ਇੱਦਾਂ ਦਿੱਤਾ, ਕਹਿੰਦੇ ਸਾਨੂੰ ਕੰਪਨੀ ਚੱਲ ਰਹੀ ਹੈ, ਕੰਪਨੀ 'ਚ ਲਿਆ ਕੇ ਦੇਵਾਂਗੇ। ਉੱਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਲਾਲਚੀ ਔਰਤਾਂ ਨਾਲ ਵੱਜੀ ਠੱਗੀ ਤੋਂ ਬਾਅਦ ਹੁਣ ਪੁਲਿਸ ਇਹਨਾਂ ਠੱਗ ਔਰਤਾਂ ਦੀ ਭਾਲ 'ਚ ਹੈ। ਕਈ ਵਾਰੀ ਕੀ ਹੁੰਦਾ, ਪਿੰਡਾਂ 'ਚ ਆਮ ਤੌਰ 'ਤੇ ਭੋਲੇ ਭਾਲੇ ਲੋਕਾਂ ਨੂੰ ਵਰਗ ਲਾ ਲੈਂਦੀਆਂ ਨੇ। ਕਈ ਵਾਰ ਲੇਡੀਜ਼ ਦਾ ਗਿਰੋਹ ਹੁੰਦਾ, ਕਈ ਵਾਰ ਬੰਦਿਆਂ ਦਾ ਵੀ ਹੁੰਦਾ। ਇੱਥੇ ਪਰਸੋਂ ਇੱਕ ਲੇਡੀ ਸਰਪੰਚ ਸਾਹਿਬ ਦੇ ਨਾਲ ਮੇਰੇ ਕੋਲ ਆਈ ਸੀ ਅਤੇ ਉਹਨੇ ਦੱਸਿਆ ਕਿ ਕੋਈ ਔਰਤ ਉਹਨਾਂ ਦੇ ਘਰ 'ਚ ਸਾਂਝੀ ਬਣਾ ਕੇ ਵੀ ਉਹ ਇਸ ਤਰ੍ਹਾਂ ਸੋਨੇ ਦੇ ਜਾਂ ਗਹਿਣਿਆਂ ਨੂੰ ਚਮਕਾ ਕੇ ਜਾਂ ਉਹਨਾਂ ਨੂੰ ਕਿਸੇ ਲਾਲਚ 'ਚ ਲਿਆ ਕੇ ਕਿ ਇਹਦੇ ਵੱਧ ਭਾਅ ਮਿਲ ਜਾਣਗੇ ਜਾਂ ਹੋਰ ਅਲੱਗ ਅਲੱਗ ਤਰੀਕੇ ਨਾਲ ਉਹਨਾਂ ਨੂੰ ਗੱਲਾਂ 'ਚ ਉਲਝਾ ਲਿਆ ਸੀ। ਉਹਨਾਂ ਨੇ ਇੱਕ ਵਾਰੀ ਗਹਿਣੇ ਲੈ ਗਈ, ਮੁੜ ਕੇ ਵਾਪਸ ਵੀ ਦੇ ਗਈ, ਉਹਨੂੰ ਪ੍ਰੋਫਿਟ ਵੀ ਦੇ ਤਾ, ਉਹਦਾ ਇੱਕ ਵਿਸ਼ਵਾਸ ਜਿਹਾ ਬਣ ਗਿਆ ਉਹਦੇ 'ਚ।
ਅਤੇ ਇਸ ਤਰੀਕੇ ਨਾਲ ਕਈ ਪਰਿਵਾਰਾਂ ਨਾਲ ਉਹ ਇਸ ਤਰੀਕੇ ਨਾਲ ਕਰਕੇ ਪਤਾ ਲੱਗਾ ਕਿ ਕਾਫੀ ਗਹਿਣੇ ਠੱਕ ਕੇ ਲੈ ਗਈ ਹੈ। ਅਤੇ ਉੱਥੇ ਜਿਹੜੀ ਸਹੀ ਗੱਲ ਇਹ ਹੋਈ ਹੈ ਕਿ ਕਿਸੇ ਨੇ ਉਹਨਾਂ ਦੀਆਂ ਫੋਟੋਆਂ ਖਿੱਚ ਲਈਆਂ ਸੀਗੀਆਂ, ਉਹ ਫੋਟੋਆਂ ਸਾਨੂੰ ਉਹਨਾਂ ਨੇ ਪ੍ਰੋਵਾਈਡ ਕੀਤੀਆਂ, ਅਸੀਂ ਉਹਦੇ ਆਧਾਰ 'ਤੇ ਕੰਪਲੇਂਟ ਦਰਜ ਕਰ ਲਈ ਹੈ ਅਤੇ ਅਸੀਂ ਇਹਨਾਂ ਨੂੰ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਇਸ ਤਰੀਕੇ ਦੇ ਕੰਮਾਂ 'ਚ ਇਨਵੋਲਵ ਨੇ। ਅਸੀਂ CIA ਨੂੰ ਵੀ ਇਨਫੋਰਮ ਕਰ ਦਿੱਤਾ, ਹੋਰ ਨੇੜੇ ਦੇ ਥਾਣਿਆਂ 'ਚ ਵੀ ਇਨਫੋਰਮ ਕਰ ਦਿੱਤਾ ਅਤੇ ਅਸੀਂ ਛੇਤੀ ਹੀ ਇਹਨਾਂ ਨੂੰ ਤਲਾਸ਼ ਕਰ ਲਵਾਂਗੇ। ਹਾਂ, ਉਹੀ ਨਾ, ਇਹ ਇੱਕ ਲੇਡੀ ਦੇ ਨਾਲ ਬੱਚਾ ਵੀ ਉਹਨੇ ਗੋਦ 'ਚ ਚੱਕਿਆ ਹੋਇਆ ਅਤੇ ਇਸ ਤਰੀਕੇ ਨਾਲ ਦੇਖਣ 'ਚ ਆਇਆ ਅਤੇ ਇੱਕ ਸਾਂਝ ਜੀ ਪੈਦਾ ਕਰਕੇ, ਇੱਕ ਆਪਣੱਤਵ ਪੈਦਾ ਕਰਕੇ ਉਸ ਤੋਂ ਬਾਅਦ ਇਹ ਠੱਗੀ ਮਾਰਦੀਆਂ ਨੇ। ਅਤੇ ਇੱਥੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਕਿਸੇ ਵੀ ਵਿਅਕਤੀ ਨਾਲ ਇਸ ਤਰੀਕੇ ਨਾਲ ਵਿਹਾਰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਦੀ ਸ਼ਨਾਖਤ ਕਰਨੀ ਜ਼ਰੂਰੀ ਹੁੰਦੀ ਹੈ ਵੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ, ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ। ਬੇਸ਼ੱਕ ਲੋਕ ਚੰਨ ਤੋਂ ਬਾਅਦ ਮੰਗਲ 'ਤੇ ਪਹੁੰਚਣ ਦੀ ਤਿਆਰੀ ਕਰੀ ਬੈਠੇ ਨੇ, ਪਰ ਸਾਡੇ ਪਿੰਡਾਂ ਦੀਆਂ ਭੋਲੀਆਂ ਭਾਲੀਆਂ ਜਨਾਨੀਆਂ ਅਜੇ ਵੀ ਦੁੱਗਣੇ ਸੋਨੇ ਵਾਲੇ ਝਾਂਸੇ 'ਚੋਂ ਬਾਹਰ ਨਹੀਂ ਨਿਕਲ ਪਾ ਰਹੀਆਂ। ਸੋ ਲੋੜ ਹੈ ਅਜਿਹੀਆਂ ਜਨਾਨੀਆਂ ਨੂੰ ਉਹਨਾਂ ਦੇ ਬੱਚੇ ਇਸ ਮੌਕੇ ਸਮਝਾਉਣ ਅਤੇ ਠੱਗੀ ਤੋਂ ਬਚਾਉਣ। ਹਕੀਕਤ TV ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।